ਸਸ਼ੀਰੀਕਾਲ ਪੰਜਾਬੀ ਵਿਦੇਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਕਮਲਪ੍ਰੀਤ ਕੌਰ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਹਰ ਦੇਸ਼ ਦੀਆਂ ਇਮੀਗ੍ਰੇਸ਼ਨ ਸੰਬੰਧਿਤ ਸਹੀ ਤੇ ਤਾਜ਼ਾ ਖਬਰਾਂ ਦੇਖਣ ਲਈ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰੋ ਤੇ ਨਾਲ ਹੀ ਬੈਲ ਆਈਕਨ ਬਟਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਬਾਰੇ ਅੱਜਕੱਲ ਕਰਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਨੇ ਦੱਸਿਆ ਕਿ ਜਿਹੜੇ ਫੈਮਲੀ ਮੈਂਬਰ ਅਤੇ ਟੂਰਿਸਟ ਵੀਜ਼ਾ ਨੂੰ ਇਜਾਜ਼ਤ ਦਿੱਤੀ ਗਈ ਹੈ ਕੈਨੇਡਾ ਵਿੱਚ ਔਨ ਦੀ ਉਹਨਾਂ ਨੂੰ ਕਿਹੜੇ ਜ਼ਰੂਰੀ ਡਾਕੂਮੈਂਟ ਚਾਹੀਦੇ ਹੋਣਗੇ ਤੇ ਉਹਨਾਂ ਲਈ ਤੁਸੀਂ ਕਿਵੇਂ ਕਰ ਸਕਦੇ ਹੋ ਅਪਲਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 8 ਅਕਤੂਬਰ ਤੋਂ ਫੈਮਿਲੀ ਮੈਂਬਰਸ ਨੂੰ ਕੈਨੇਡਾ ਔਨ ਦੀ ਇਜਾਜ਼ਤ ਦਿੱਤੀ ਗਈ ਹੈ ਉੱਥੇ ਹੀ ਕੁਝ ਰਿਕੁਆਇਰਮੈਂਟਸ ਵੀ ਰੱਖੀਆਂ ਗਈਆਂ ਹਨ ਜੋ ਫੈਮਿਲੀ ਮੈਂਬਰ ਅਤੇ ਟੂਰਿਸਟ ਵੀਜ਼ਾ ਹੋਲਡਰ ਉਹ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋਣਗੇ ਉਹੀ ਕੈਨੇਡਾ ਆ ਸਕਦੇ ਹਨ ਹੁਣ ਇਸ ਬਾਰੇ ਕਰਦੇ ਹਾਂ ਵਿਸਤਾਰ ਵਿੱਚ ਗੱਲ ਜਿਹੜੇ ਪ੍ਰਵਾਸੀਆਂ ਦਾ ਸਬੰਧ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਨਾਲ ਹੈ ਉਹ ਪ੍ਰਵਾਸੀ ਕੈਨੇਡਾ ਆ ਸਕਦੇ ਹਨ ਜਿਵੇਂ ਕਿ ਡੇਟਿੰਗ ਰਿਲੇਸ਼ਨਸ਼ਿਪ ਹੈ ਘਟੋ ਘਟ ਇੱਕ ਸਾਲ ਤੋਂ ਜਾਂ ਫਿਰ ਨਾਨ ਡਿਪੈਂਡੈਂਟ ਚਾਈਲਡ ਗ੍ਰੈਂਡਚਾਈਲਡ ਸਿਬਲਿੰਗ ਹਾਫ ਸਿਬਲਿੰਗ ਸਟੈਪ ਸਿਬਲਿੰਗ ਗ੍ਰੈਂਡਪੈਰੈਂਟਸ ਜਾਂ ਪੈਰੈਂਟਸ ਜਿਹੜੇ ਫੈਮਿਲੀ ਮੈਂਬਰਸ ਨੂੰ ਕੈਨੇਡਾ ਔਨ ਦੀ ਇਜਾਜ਼ਤ ਮਿਲੀ ਹੈ ਉਹਨਾਂ ਕੋਲ ਵੀ ਸਾਈਨ ਡੈਕਲੇਰੇਸ਼ਨ ਹੋਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਜਿਸ ਨਾਲ ਤੁਹਾਡਾ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਰਿਲੇਸ਼ਨਸ਼ਿਪ ਪਤਾ ਚੱਲ ਸਕੇ ਤੇ ਉਨ੍ਹਾਂ ਨੂੰ IRCC ਵੱਲੋਂ ਰਿਟਰਨ অথরাইゼਸ਼ਨ ਵੀ ਚਾਹੀਦੀ ਹੋਵੇਗੀ। ਹੁਣ ਗੱਲ ਕਰਦੇ ਹਾਂ ਇਹ ਡਾਕੂਮੈਂਟਸ ਲਈ ਤੁਸੀਂ ਕਿਵੇਂ ਕਰ ਸਕਦੇ ਹੋ ਅਪਲਾਈ ਇਹਦੇ ਲਈ 6 ਸਟੈਪ ਹਨ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ। ਪਹਿਲੇ ਸਟੈਪ ਵਿੱਚ ਜਿਹੜਾ ਤੁਹਾਡਾ ਫੈਮਿਲੀ ਮੈਂਬਰ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੈ ਉਸ ਨੂੰ ਐਪਲੀਕੇਸ਼ਨ ਫੋਰ অথরাইゼਸ਼ਨ ਅਤੇ ਸਟੈਟਰੀ ਡੈਕਲੇਰੇਸ਼ਨ ਫਾਰਮ ਭਰਨਾ ਹੋਵੇਗਾ। ਜਿਹੜਾ ਤੁਹਾਡਾ ਦੂਜੇ ਸਟੈਪ ਵਿੱਚ ਜਿਹੜਾ ਤੁਹਾਡਾ ਫੈਮਿਲੀ ਮੈਂਬਰ ਕੈਨੇਡਾ ਹੈ ਉਹ ਤੁਹਾਨੂੰ ਐਪਲੀਕੇਸ਼ਨ ਫੋਰ ਅਥੋਰਾਈਜੇਸ਼ਨ ਅਤੇ ਸੈਚਟਰੀ ਡੈਕਲੇਰੇਸ਼ਨ ਫਾਰਮ ਭੇਜੇਗਾ ਖੁਦ ਪੜਨ ਤੋਂ ਬਾਅਦ ਫਿਰ ਤੁਸੀਂ ਉਸ ਫਾਰਮ ਉੱਤੇ ਸਾਈਨ ਕਰੋਗੇ ਅਤੇ ਵਾਪਸ ਕੈਨੇਡਾ ਭੇਜੋਗੇ ਤੀਜੇ ਸਟੈਪ ਵਿੱਚ ਜਦ ਕੈਨੇਡਾ ਰਹਿੰਦੇ ਫੈਮਿਲੀ ਮੈਂਬਰ ਨੂੰ ਉਹ ਫਾਰਮ ਮਿਲ ਜਾਂਦਾ ਹੈ ਫਿਰ ਉਹ ਸਾਈਨ ਕਰੇਗਾ ਸੋਲੀਮਨ ਡੈਕਲੇਰੇਸ਼ਨ ਲਈ ਸੋਲੀਮਨ ਡੈਕਲੇਰੇਸ਼ਨ ਸਾਈਨ ਅਥੋਰਾਈਜ਼ਡ ਅਫੀਸ਼ੀਅਲਸ ਦੇ ਸਾਹਮਣੇ ਕਰਨੇ ਹੋਣਗੇ ਜਿਵੇਂ ਕਿ ਜਸਟਿਸ ਆਫ ਪੀਸ ਲਾਇਰ ਜਾਂ ਨੋਟਰੀ ਦੇ ਸਾਹਮਣੇ ਕਰਨੇ ਹੋਣਗੇ ਚੌਥੇ ਸਟੈਪ ਵਿੱਚ ਫਿਰ ਤੁਹਾਡਾ ਫੈਮਿਲੀ ਮੈਂਬਰ ਸਾਈਨਡ ਐਪਲੀਕੇਸ਼ਨ ਫੋਰ ਅਥੋਰਾਈਜੇਸ਼ਨ ਅਤੇ ਸਟੈਟਰੀ ਡਾਕੂਮੈਂਟੇਸ਼ਨ ਦੀ ਕਾਪੀ ਤੁਹਾਨੂੰ ਭੇਜੇਗਾ ਕੈਨੇਡਾ ਤੋਂ ਸਟੈਪ 5ਵੇਂ ਵਿੱਚ ਜਦ ਤੁਹਾਨੂੰ ਇਹ ਫਾਰਮ ਮਿਲ ਜਾਵੇਗਾ ਤਾਂ ਤੁਸੀਂ ਇਸ ਨੂੰ ਰਿਲੇਸ਼ਨਸ਼ਿਪ ਦੇ ਸਪੂਤ ਲਈ ਵਰਤੋਗੇ ਅਤੇ ਫਿਰ ਰਿਕਵੈਸਟ ਏ ਰਿਟਨ ਅਥੋਰਾਈਜੇਸ਼ਨ ਲਵੋਗੇ ਆਈਆਰਸੀਸੀ ਤੋਂ written authorization ਲੈਣ ਲਈ ਤੁਸੀਂ ਨਿਰਪਰ ਹੋ ਵੈਲਿਡ ट्रैवल ਡਾਕੂਮੈਂਟਸ ਤੇ ਜੋ ਤੁਹਾਡੇ ਕੋਲ ਹੈਗੇ ਨੇ ਜਾਂ ਨਹੀਂ ਜਿਵੇਂ ਕਿ ਟੈਂਪਰਰੀ ਰੈਜ਼ਿਡੈਂਸ ਵੀਜ਼ਾ ਜਾਂ ਇਲੈਕਟ੍ਰੋਨਿਕ ट्रैवल অথরাইゼਸ਼ਨ ਜਿੰਨਾ ਸਮਾਂ ਤੁਹਾਨੂੰ IRCC ਤੋਂ ਰਿਟਨ অথরাইゼਸ਼ਨ ਨਹੀਂ ਮਿਲਦੀ ਉਹਨਾਂ ਸਮਾਂ ਤੁਹਾਨੂੰ ਕੈਨੇਡਾ ਲਈ ਫਲਾਈਟ ਬੁੱਕ ਨਹੀਂ ਕਰਨੀ ਚਾਹੀਦੀ ਸਟੈਪ 6 ਜਦ ਤੁਸੀਂ ਕੈਨੇਡਾ ਲਈ ट्रैवल ਕਰ ਰਹੇ ਹੋ ਤਾਂ ਤੁਹਾਡੇ ਕੋਲ ਅਪਲੀਕੇਸ਼ਨ ਫੋਰ অথরাইゼਸ਼ਨ ਅਤੇ ਸਟੈਟੂਟਰੀ ਡੈਕਲੇਰੇਸ਼ਨ ਅਤੇ ਰਿਟਰਨ ਅਥੋਰਾਈਜੇਸ਼ਨ ਡਾਕੂਮੈਂਟ ਦੀ ਕਾਪੀ ਹੋਣੀ ਚਾਹੀਦੀ ਹੈ ਨਹੀਂ ਤੁਹਾਨੂੰ ਕੈਨੇਡਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਵੈਸਟਰ ਵੀਜ਼ਾ ਵਾਲੇ ਵੀ ਕੁਝ ਜ਼ਰੂਰੀ ਕਰਨਾ ਕਰਕੇ ਕੈਨੇਡਾ ਆ ਸਕਦੇ ਹਨ ਜਿਵੇਂ ਕਿ ਫਾਈਨਲ ਮੂਮੈਂਟਸ ਆਫ ਲਾਈਫ ਫੋਰ ਅ ਲਵਡ ਵਨ ਜਾਂ ਫਿਰ ਜੋ ਸਖਤ ਬਿਮਾਰ ਹੈ ਉਸ ਦੀ ਦੇਖਭਾਲ ਲਈ ਕਰਨ ਆ ਸਕਦੇ ਹੋ ਜਾਂ ਫਿਰ ਕਿਸੇ ਨੂੰ ਮੈਡੀਕਲ ਸਪੋਰਟ ਦੇਣ ਆ ਸਕਦੇ ਹੋ ਜਾਂ ਫਿਰ ਕਿਸੇ ਦੇ ਅੰਤਮ ਸੰਸਕਾਰ ਲਈ ਵੀ ਕੈਨੇਡਾ ਆ ਸਕਦੇ ਹੋ ਤੇ ਇਸ ਲਈ ਸਬੂਤ ਚਾਹੀਦੇ ਹੋਣਗੇ ਸੇਮ ਡਾਕੂਮੈਂਟ ਪ੍ਰੂਫ ਚਾਹੀਦਾ ਹੈ ਤਾਂ ਹੀ ਤੁਸੀਂ ਕੈਨੇਡਾ ਵਿੱਚ ਦਾਖਲ ਕਰ ਸਕੋਗੇ ਜੇ ਤੁਸੀਂ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਜਾਂ ਅਪਲਾਈ ਕਰਨਾ ਚਾਹੁੰਦੇ ਹੋ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕਸ ਤੇ ਕਲਿੱਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜੇ ਤੁਸੀਂ ਹੋਰ ਵਿਦੇਸ਼ ਦੀਆਂ ਤਾਜ਼ਾ ਤੇ ਮਤਮ ਭਰਨ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਮੈਨੂੰ ਦਿਓ ਇਜਾਜ਼ਤ ਸ਼ਸ਼੍ਰੀ ਅਕਾਲ